बिस्मिल्लाहिर्रहमानिर्रहीम। अस्सलाम वालेकुम मेरे बहन भाइयों, अल्लाह तुम खुश रखे, चादो बाद रखे। इससे पहले दुआ ना आयता व्लॉग शुरू कर देनी शुरू कर, तो पहले छोटी जी रिक्वेस्ट कर दी है, एस्ट्रा फैमिली ब्लॉग को सब्सक्राइब नहीं किया तो सब्सक्राइब करो, जरा बेल आइकन का बटन भी प्रेस करो ताकि हर वीडियो नोटिफिकेशन मेरे भैन भाइयों तक बार वक्त पहुँचा रहे। आई जी वीडियो कुछ इस तरह की है जी, मम्मा दानिश लगा वा मेरे नाल दाने साफ अच्छे कराउन, ते मम्मा दानिश आ गया हुण मेरे भैन भाइयों देखो खलारा पाउण वास्ते, ते जान डिया सीगा ਵੀ ਇਹਨਾਂ ਪੈਪ ਜਿਹੜਾ ਨਾ ਖੋਲਣ ਵਾਸਤੇ ਵਿੱਚ ਤਾਨੀਆਂ ਬਹੁਤ ਕਰਦਾ। ਹੁਣ ਮੈਂ ਮੇਰੇ ਭੈਣ ਭਾਈ ਨੂੰ ਮੈਂ ਦਾਣਾ ਮੈਂ ਪੀਣ ਕਰਨਾ ਵਾ, ਇਹ ਦਾਣਿਆਂ ਨੂੰ ਅੱਛੀ ਕਰਦੀ ਆ, ਇਹਨੇ ਵੇਖੀ ਮੈਨੂੰ ਬਹੁਤ ਤੰਗ ਕਰਨਾ, ਇੰਨਾ ਵੀ ਤੰਗ ਕਰਦਾ ਵਾ, ਬਹੁਤ ਜ਼ਿਆਦਾ ਹੀ ਤੰਗ ਕਰਦਾ ਵਾ। ਅਤੇ ਮੇਰੇ ਭੈਣ ਭਾਈ ਵੀ ਮੰਮਾ ਦਾਣਿਸ਼ ਵਾਸਤੇ ਬਹੁਤ ਜ਼ਿਆਦਾ ਦੁਆਵਾਂ ਕਰਦੇ ਆ, ਬਹੁਤ ਜ਼ਿਆਦਾ ਕਰਦੇ ਆ। ਅੱਲਾ ਪਾਕ ਮੇਰੇ ਭੈਣ ਮੰਮਾ ਦਾਣਿਸ਼ ਨੂੰ ਤੰਦਰੁਸਤ ਦੇਵੇ, ਸਿਹਤ ਦੇਵੇ, ਜਿੰਨੇ ਬਿਮਾਰ ਆ ਅੱਲਾ ਤਾਲਾ ਸਭ ਨੂੰ ਸ਼ੁਭਕਾਮਨਾ ਸ਼ਿਫਾ ਦੇਵੇ, ਆਮੀਨ। ਅਤੇ ਮੇਰੇ ਭੈਣ ਭਾਈ ਮੈਂ ਤਾਂ ਅੱਲਾ ਤਾਂ ਫੈਸਲੇ ਛੱਡ ਦਿੱਤੇ ਹੁਣ ਸਾਰੇ, ਮੈਂ ਹੁਣ ਬੰਦਿਆਂ ਨੂੰ ਅਗਲੇ ਸ਼ਿਕਵੇ ਕਰਨੇ ਛੱਡ ਦਿੱਤੇ, ਮੈਂ ਅੱਲਾ ਤਾਂ ਫੈਸਲੇ ਛੱਡ ਦਿੱਤੇ। ਮੇਰੇ ਫੈਸਲੇ ਜਿਹੜੇ ਨਾ, ਮੈਂ ਅੱਛੀ ਹਾਂ ਮੈਂ ਬੁਰੀ ਹਾਂ, ਮੇਰੇ ਫੈਸਲੇ ਅੱਲਾ ਕਰ, ਮੈਂ ਅੱਲਾ ਤਾਂ ਫੈਸਲੇ ਕਰ। ਅਤੇ ਕਬੂਤਰ ਦੇਖੋ ਵੀ ਕਿੱਦਾਂ ਪਰ ਜਿਹੜੇ ਮਾਰ ਮਾਰ ਕੇ ਅਤੇ ਕਿੱਦਾਂ ਉੱਡਣ ਡਏ, ਅਤੇ ਕਿੱਦਾਂ ਵੀ ਆਪਣੇ ਖੰਭ ਜਿਹੜੇ ਝਾੜਨ ਡਏ ਆ। ਅਤੇ ਅਨਾਇਆ ਫਾਤਮਾ ਦੇਖੋ ਕੇਲ ਤਾਂ ਬਿਠਾਈ ਸੀ ਕੋਲ, ਕਿਉਂਕਿ ਇਹਨੇ ਸਾਨੂੰ ਕੰਮ ਨਹੀਂ ਸੀ ਕਰਨ ਦੇਣਾ, ਇਹਨੇ ਤੰਗ ਬਹੁਤ ਕਰਨਾ ਸਾਨੂੰ। ਅਸੀਂ ਘਰ ਝਾੜੂ ਲਾਉਣ ਤੋਂ ਪਹਿਲੇ ਹੈ ਨਾ, ਅਤੇ ਅਸੀਂ ਪਹਿਲੇ ਪੀਣ ਕਰ ਲਈਏ, ਉਸ ਤੋਂ ਬਾਅਦ ਫਿਰ ਨਾ ਸੇਨ ਦੀ ਸਫਾਈ ਕਰਦੇ, ਅਤੇ ਇੰਚ ਨਾਲ ਮਰੀਆਂ ਪੱਖਾਂ ਚਲਾ ਕੇ ਆਉਂਦੀ ਅਤੇ ਫਿਰ ਅਸੀਂ ਨਾ ਸੁਣਾ ਲੈ ਲੈਂਦੇ। ਅੱਛਾ ਜੀ ਮੇਰੇ ਭੈਣ ਭਾਈਓ, ਉੱਤੋਂ ਵੀ ਠੰਡ ਹੈ, ਉੱਤੋਂ ਵੀ ਬਰਫ਼ ਪੈਣ ਡਈ, ਅਤੇ ਇਹਦੀ ਹਵਾ ਵੀ ਪੱਖੇ ਦੀ ਠੰਡੀ, ਅਸੀਂ ਅੱਗੇ ਤਾਂ ਹੁਣ ਦਿਲ ਨਹੀਂ ਕਰਦੇ, ਕੁਲਫੀ ਜੰਮਣ ਲੱਗੀ ਹੋਣੀ, ਦਿਲ ਨਹੀਂ ਕਰਨ ਦਿਆ। ਮੰਮੀ ਨੂੰ ਕਿਹਾ ਕਰੋ ਤੁਸੀਂ 20,000 ਪੱਖੇ ਕਿ ਉਹਨੂੰ ਦਿਲ ਨਹੀਂ ਕਰਨ ਦਿਆ ਹੈਗਾ। ਨਹੀਂ ਦਾਣੇ ਇੰਨਾ ਮੈਨੂੰ ਤੰਗ ਕਰਨ ਡਿਆ ਨਾ, ਬਹੁਤ ਜ਼ਿਆਦਾ ਮੈਂ ਬਹੁਤ ਮੁਸ਼ਕਿਲ ਪੀਣ ਕੀਤਾ ਵਾ, ਤੇ ਮੇਰੇ ਸਿਰ ਨੂੰ ਤਾਂ ਪੱਖੇ ਦੀ ਹਵਾ ਠੰਡੀ ਜਿੱਦਾਂ ਬਰਫ਼ ਤਰ੍ਹਾਂ ਲੱਗਦੀ ਜਾਵੇ, ਮੈਂ ਸਭ ਤੋਂ ਟੁੱਟ ਜਾਂਦੀ, ਅਤੇ ਇੰਨਾ ਮੇਰੇ ਭੈਣ ਭਾਈ ਮੈਨੂੰ ਤੰਗ ਕਰਨ ਡਿਆ ਨਾ ਬਹੁਤ ਜ਼ਿਆਦਾ, ਅਤੇ ਹੁਣ ਮਰੀਆਂ ਬੇਟੀਆਂ ਨੂੰ ਫੜਦੀ ਹੈ ਜਰਾ ਵੀ, ਅਤੇ ਫਿਰ ਮੈਂ ਦਾਣੇ ਸਾਫ਼ ਕਰਦੀ ਹਾਂ। ਦਾਦੀ ਤੰਗ ਕਰਨ ਡਿਆ, ਪਿੱਛੇ ਮੇਰੇ ਭੈਣ ਭਾਈ ਦਾਣੇ ਮੈਂ ਅੱਛੀ ਤਰ੍ਹਾਂ ਸਾਫ਼ ਸੁਥਰੇ ਕਰ ਲਏ, ਗੰਢੂ ਧੋ ਕੇ ਰੱਖਿਆ ਹੋਇਆ ਸੀਗਾ, ਅਤੇ ਹੁਣ ਗੰਢੂ ਦੇ ਵਿੱਚ ਜਲਦੀ ਮੈਨੂੰ ਅੱਗੇ ਪਾ ਕੇ ਦੇ ਨਾ ਅੱਛਾ ਦੇ ਬੁਲੂ ਭੇਜ ਦੇਣ ਜਾ ਕੇ ਪਸਵਾ ਲਿਆਉਂਦਾ ਵਾ, ਅਤੇ ਜਿਹੜਾ ਜਿਹੜਾ ਹੋਰ ਵੀ ਨਰਮਾ ਕੰਮ ਕਰੂੰਗੀ ਵਿਖ ਪਿਆ ਗਿਆ, ਦਾਣੇ ਛੱਟ ਜੋ, ਰੁਚੀ ਪਾ ਕੇ ਬਣਾਉਣਾ ਹੀ ਪੈਣਾ। ਇਨਸ਼ਾਅੱਲਾ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਦੀ ਹਾਂ, ਮੰਮਾ ਦਾਣੇ ਮੇਰੇ ਭੈਣ ਭਾਈ ਦੇਖਦੇ ਆ ਕਿੰਨਾ ਤੰਗ ਕਰ ਰਿਹਾ ਮੈਨੂੰ, ਸ਼ੁਕਰ ਆ ਅੱਲਾ ਦਾ ਖੇਡਦਾ ਵਾ, ਜ਼ਿਆਦਾ ਤੱਕ ਰੋਣ ਕੇ ਲਾਈ ਰੱਖਦਾ ਵਾ, ਅੱਲਾ ਦਾ ਨਹੀਂ ਦੇਖਦਾ ਨਹੀਂ ਉਹ ਦੇਖੋ ਦੇਖੋ ਹੁਣ ਕੀ ਉਹਦੀ ਨਾ ਫਾਤਮਾ ਥੋੜੀ ਖਿੱਚਣ ਡਿਆ ਵਾ, ਤੈਨੂੰ ਮੈਂ ਡਿੱਗਣ ਲੱਗਾ ਉਹ ਤੋਂ ਉਹ ਚੀਕਣ ਲੱਗ ਗਈ ਨਾਲ ਹੀ ਜੀਵ ਮੈਂ ਡਿੱਗਣ ਲੱਗੀ ਆ। ਨਹੀਂ ਬੁੱਧੜੇ ਉਹ ਕਿ ਭਾਈ ਨੇ ਦੋ ਤਿੰਨ ਵਾਰੀ ਸੁੱਟਿਆ ਨਾ ਇਹਨੂੰ ਚੇਰ ਤੋਂ, ਹੁਣ ਡਰਦੀ ਆ ਛੱਟਾ ਦੇਈ ਜਾਂਦਾ ਦਾਦੀ ਦੇ ਦਾਣਿਆਂ ਦਾ। ਜੀ ਮੇਰੇ ਭੈਣ ਭਾਈ ਤੇ ਮੈਂ ਹੁਣ ਪੀਣ ਦਾਣੇ ਸਾਫ਼ ਕਰਕੇ ਵਿੱਚ ਪਾ ਲਾਂ, ਅਤੇ ਫਿਰ ਇਨਸ਼ਾਅੱਲਾ ਫਿਰ ਜੋ ਮੈਂ ਗਾਂ ਹੋਰ ਆਪਣਾ ਵਲੋਗ ਤਿਆਰ ਕਰਦੀ ਨਾਲ, ਅਤੇ ਇਨਸ਼ਾਅੱਲਾ ਮੈਂ ਜਿਹੜਾ ਵੀ ਕੰਮ ਨਾਲ ਕਰੂੰਗੀ ਮੈਂ ਆਪਣੇ ਭੈਣ ਭਰਾਵਾਂ ਇਨਸ਼ਾਅੱਲਾ ਸੀ ਸ਼ੇਅਰ ਕਰੂੰਗੀ। ਬਿਸਮਿਲ੍ਲਾ ਰਹਿਮਾਨ ਰਹੀਮ, ਕਹਿੰਦੇ ਬਿਸਮਿਲ੍ਲਾ ਵਿੱਚ ਬਹੁਤ ਜ਼ਿਆਦਾ ਬਰਕਤ ਆ ਮੇਰੇ ਭੈਣ ਭਾਈ, ਉਹ ਕਹਿੰਦੇ ਤੇ ਖਾਣਾ ਥੋੜ੍ਹਾ ਵੀ ਹੋਵੇ ਅਤੇ ਉੱਥੇ ਬਿਸਮਿਲ੍ਲਾ ਕਰਕੇ ਹੱਥ ਲਾਵੋ, ਅਤੇ ਇਨਸ਼ਾਅੱਲਾ ਜ਼ਰੂਰ ਅੱਲਾ ਤਾਲਾ ਬਰਕਤ ਪਾਉਂਦਾ ਵਾ, ਅਤੇ ਹੁਣ ਗੱਟੂ ਦਾਣਿਆਂ ਦਾ ਵਾ ਅਤੇ ਇਨਸ਼ਾਅੱਲਾ ਅੱਲਾ ਤਾਲਾ ਜ਼ਰੂਰ ਬਰਕਤ ਪਾਊਗਾ।
ਅੱਲਾਹ ਤਾਲਾ ਖਾਣ ਵਾਲਿਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ ਕਮਾਉਣ ਵਾਲਿਆਂ ਨੂੰ, ਅਤੇ ਅੱਲਾਹ ਪਾਕ ਜਿੰਨੀ ਮੇਰੀ ਯੂਟਿਊਬ ਫੈਮਿਲੀ ਆ ਅੱਲਾਹ ਪਾਕ ਸਭ ਨੂੰ ਤੰਦਰੁਸਤੀ ਔਰ ਸਿਹਤ ਦੇਵੇ, ਆਪਣੇ ਜ਼ੁਬਾਨ 'ਚ ਰੱਖੇ, ਮੇਰੇ ਭੈਣ ਭਾਈਆਂ ਦੇ ਬੱਚਿਆਂ ਨੂੰ ਅੱਲਾਹ ਤਾਲਾ ਨੇਕ ਬਣਾਵੇ, ਅਤੇ ਜਿਨ੍ਹਾਂ ਜਿਨ੍ਹਾਂ ਦੇ ਕੰਮ ਅੜੇ ਹੋਏ ਆ ਅੱਲਾਹ ਤਾਲਾ ਉਹਨਾਂ ਨੂੰ ਜਲਦੀ ਜਲਦੀ ਕੰਮ ਫਾਈਨਲ ਕਰ ਦੇਵੇ, ਅਤੇ ਅੱਲਾਹ ਪਾਕ ਉਹਨਾਂ ਨੂੰ ਦੂਸਰਾ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਮੀਨ ਸੁਮਾ ਆਮੀਨ। ਧੁੱਪ ਵੀ ਕੋਈ ਨਹੀਂ ਹਜੇ ਨਿਕਲਣ ਦੀ ਹੈ, ਨਾ ਲੈਣ ਦੀ ਬਿਲਕੁਲ ਹੀ ਹੈ ਨਹੀਂ ਧੁੱਪ। ਹਾਂਜੀ ਧੁੱਪ ਨੂੰ ਅਸੀਂ ਤਰਸੇ ਪਏ, ਤਰਸੇ ਪਏ ਝਟ ਕੇ ਬੈਠ ਕੇ ਸੇਕ ਲਈਏ ਅੱਗ ਤੋਂ ਉੱਠਣ, ਚੁੱਲ੍ਹੇ ਅੱਗੇ ਉੱਠਣ ਨੂੰ ਦਿਲ ਨਹੀਂ ਕਰਦਾ ਹੈਗਾ, ਉਹ ਵੀ ਹੈ ਨਾ ਜਿਹੜੇ ਇੰਨੇ ਉੱਪਰ ਚੜੇ ਹੋਏ ਕਮਾਉਣ ਦੇ ਆ ਸਰਦੀ ਵਿੱਚ, ਕੰਮ ਤਾਂ ਕਰਨਾ ਹੀ ਹੈ ਨਾ। ਅੱਛਾ ਜੀ ਅੰਮੀ ਹੁਣੀ ਕਰਨ ਦਾ ਪੀ, ਅਤੇ ਸਰਦੀ ਬਹੁਤ ਜ਼ਿਆਦਾ ਵਾ, ਮੈਂ ਹੁਣ ਅੰਮੀ ਨੂੰ ਬਣਾ ਕੇ ਦਿਲ ਕੀਤਾ ਹੈ ਅੰਮੀ ਅੱਬੂ ਨੂੰ, ਅਤੇ ਦੂਧ ਮੈਂ ਵਿੱਚ ਪਾ ਲਿਆ, ਪੀ ਲਈ ਸੀ ਥੋੜ੍ਹਾ ਦੁੱਧ, ਰੱਖਿਆ ਮੈਂ ਦਾਨਿਸ਼ ਵਾਸਤੇ, ਇਹ ਮੈਂ ਨਾਲ ਗਰਮ ਕਰਦੀ ਹਾਂ। ਅੱਛਾ ਜੀ ਮਿੱਠਾ ਪੱਤੀ ਵਿੱਚ ਮਿਕਸ ਕਰ ਦਿੱਤਾ, ਚੁੱਲ੍ਹਾ ਆਨ ਕਰ ਲਿਆ, ਉੱਪਰ ਦੇ ਚਾਏ ਮੇਰੀ ਪੱਕ ਕੇ ਤਿਆਰ ਹੋ ਜਾਂਦੀ, ਫਿਰ ਅੱਬੂ ਨੂੰ ਦੇ ਕੇ। ਅੱਛਾ ਜੀ ਮਾਸ਼ਾਅੱਲਾ ਮੇਰੀ ਚਾਏ ਵੀ ਜਿਹੜੀ ਉਹ ਵੀ ਤਿਆਰ ਹੋਈ ਜਾ ਰਹੀ ਹੈ, ਅਤੇ ਹੁਣ ਚਾਏ ਪੱਕਦੀ ਦੇਖ ਆ ਰਹੇ, ਅਤੇ ਚੁੱਲ੍ਹਾ ਜਿਹੜਾ ਮੈਂ ਥੋੜ੍ਹਾ ਮੱਠਾ ਕਰ ਦਿੰਦੀ ਹਾਂ। ਅੱਲਾਹ ਦਾ ਕਰਮ ਹੋਇਆ ਜਾਵਾਂ ਸਦਕੇ ਨਸੀਬਾਂ ਦੇ, ਅੱਲਾਹ ਦਾ ਹਬੀਬਾਇਆ ਕੰਮ ਬਣ ਗਏ ਗਰੀਬਾਂ ਦੇ, ਅੱਲਾਹ ਦਾ ਹਬੀਬਾਇਆ ਕੰਮ ਬਣ ਗਏ ਗਰੀਬਾਂ ਦੇ, ਨਬੀਆਂ ਦਾ ਪੀਰਾਇਆ ਹੋਏ ਜੱਗ ਤੇ ਸਵੇਰੇ ਨੇ, ਨਬੀਆਂ ਦਾ ਪੀਰਾਇਆ ਹੋਏ ਜੱਗ ਤੇ ਸਵੇਰੇ ਨੇ, ਬਦਰੇ ਮੁਨੀਰਾਇਆ ਮੁੱਕੇ ਅਜ਼ਨੀ ਹਨੇਰੇ ਨੇ, ਅੱਲਾਹ ਦਾ ਕਰਮ ਹੋਇਆ ਜਾਵਾਂ ਸਦਕੇ ਨਸੀਬਾਂ ਦੇ, ਅੱਲਾਹ ਦਾ ਹਬੀਬਾਇਆ ਕੰਮ ਬਣ ਗਏ ਗਰੀਬਾਂ ਦੇ, ਸੋਹਣੇ ਦੀ ਕੀ ਸ਼ਾਨ ਦੱਸਾਂ ਕੁਰਆਨ 'ਚ ਆਇਆ ਏ, ਸੋਹਣੇ ਦੀ ਕੀ ਸ਼ਾਨ ਦੱਸਾਂ ਕੁਰਆਨ 'ਚ ਆਇਆ ਏ, ਨਬੀ ਤੇ ਦਰੂਦ ਪੜ੍ਹੋ, ਨਬੀ ਤੇ ਦਰੂਦ ਪੜ੍ਹੋ, ਅੱਲਾਹ ਖੁਦ ਫਰਮਾਇਆ ਏ, ਅੱਲਾਹ ਦਾ ਕਰਮ ਹੋਇਆ ਜਾਵਾਂ ਸਦਕੇ ਨਸੀਬਾਂ ਦੇ, ਅੱਲਾਹ ਦਾ ਹਬੀਬਾਇਆ ਕੰਮ ਬਣ ਕੇ ਗਰੀਬਾਂ ਦੇ, ਦੁਨੀਆਂ ਤੇ ਚਮਕਾਨੇ ਆਕਾ ਤੇਰੇ ਅਨਵਾਰ ਦੀਆਂ, ਦੁਨੀਆਂ ਤੇ ਚਮਕਾਨੇ ਆਕਾ ਤੇਰੇ ਅਨਵਾਰ ਦੀਆਂ, ਫੁੱਲਾਂ ਵਿੱਚ ਮਹਿਕਾਨੇ, ਫੁੱਲਾਂ ਵਿੱਚ ਮਹਿਕਾਨੇ ਮੇਰੇ ਸੋਹਣੇ ਸਰਕਾਰ ਦੀਆਂ, ਫੁੱਲਾਂ ਵਿੱਚ ਮਹਿਕਾਨੇ ਮੇਰੇ ਸੋਹਣੇ ਸਰਕਾਰ ਦੀਆਂ, ਅੱਲਾਹ ਦਾ ਕਰਮ ਹੋਇਆ ਜਾਵਾਂ ਸਦਕੇ ਨਸੀਬਾਂ ਦੇ, ਅੱਲਾਹ ਦਾ ਹਬੀਬਾਇਆ ਕੰਮ ਬਣ ਗਏ ਗਰੀਬਾਂ ਦੇ। ਮਾਸ਼ਾਅੱਲਾ ਜ਼ਬਰਦਸਤ। ਅੱਛਾ ਜੀ ਕਾਫੀ ਦੇਰ ਬਾਅਦ ਮੈਂ ਨਾਤ ਜਿਹੜੀ ਪੜ੍ਹਨ ਲੱਗੀ ਹਾਂ, ਕਿਉਂਕਿ ਨਾਤ ਪੜ੍ਹਦੀ ਹਾਂ ਅਤੇ ਮੈਨੂੰ ਸਾਹ ਚੜ੍ਹ ਜਾਂਦਾ, ਇਸ ਤੋਂ ਮੈਂ ਛੇਤੀ ਦੂਸਰੀ ਨਾਤ ਨੂੰ ਮਾਸ਼ਾਅੱਲਾ ਪੜ੍ਹ ਲਈ। ਫਿਰ ਮੈਂ ਅੱਜ ਮੈਂ ਕਿਹਾ ਮੇਰੇ ਭੈਣ ਭਾਈ ਮੇਰੀ ਭੈਣ ਕਹਿ ਰਹੀ ਸੀਗੀ, ਅਤੇ ਮਤਲਬ ਛੋਟਾ ਜਿਹਾ ਕਲਾਮਾ ਆਪਣੇ ਭੈਣ ਭਰਾ ਨਾਲ ਸ਼ੇਅਰ ਕੀਤੀ ਮੈਂ ਆਪਣੀ ਬਾਤ ਜਿਹੜੀ, ਅਤੇ ਅੰਮੀ ਨਾਲ ਬਲੋਗ ਦੇ ਵਿੱਚ ਆਦਮੀ, ਇਨਸ਼ਾਅੱਲਾ ਮੈਂ ਆਪਣੇ ਬਲੋਗ ਦੇ ਵਿੱਚ ਵੀ ਇਨਸ਼ਾਅੱਲਾ ਜ਼ਰੂਰ ਨਾ ਜਿਹੜਾ ਨਾਤ ਪੜ੍ਹਿਆ ਕਰੂੰਗੀ ਜ਼ਰੂਰ, ਅਤੇ ਮੈਂ ਹੁਣ ਦਾਸ਼ਾਅੱਲਾ ਮਾਸ਼ਾਅੱਲਾ ਨਾਲ ਚਾਹੇ ਜਿਹੜੀ ਪੱਕੀ ਜਾ ਰਹੀ ਹੈ, ਅਤੇ ਮੈਂ ਅੰਮੀ ਨੂੰ ਕਿਹਾ ਅੱਜ ਮੈਂ ਕਿਹਾ ਛੋਟਾ ਜਿਹਾ ਕਲਾਮ ਜਿਹੜਾ ਪੜ੍ਹ ਲਵਾਂ, ਹੁਣ ਨਾਤ ਪੜ੍ਹਦੇ ਪੜ੍ਹਦੇ ਮੈਨੂੰ ਬਹੁਤ ਜ਼ਿਆਦਾ ਸਾਹ ਚੜ੍ਹ ਗਿਆ, ਕਿਉਂਕਿ ਕਾਫੀ ਦੇਰ ਦੀ ਨਾਤ, ਉਦੋਂ ਮੈਂ ਘਰ ਪੜ੍ਹਦੀ ਰਹਿੰਦੀ ਹਾਂ, ਅਤੇ ਇੱਦਾਂ ਵਲੋਗ 'ਚ ਮੈਂ ਪੜ੍ਹੀ ਹੈਗੀ ਅਤੇ ਸਾਹ ਚੜ੍ਹ ਜਾਂਦਾ, ਅਗਰ ਮੈਂ ਲਗਾਤਾਰ ਪੜ੍ਹਦੀ ਰਹਾਂ ਫਿਰ ਮੈਨੂੰ ਸਾਹ ਚੜ੍ਹਦਾ ਹੈਗਾ। ਅੱਛਾ ਜੀ ਪੀਣ ਮੈਂ ਅੱਛੀ ਤਰ੍ਹਾਂ ਕਰ ਲਿਆ ਵਾ, ਅਤੇ ਮਰੀਮ ਬੇਟੀ ਨੇ ਚਾਏ ਵੀ ਪਿਆਈ ਆ ਅਤੇ ਵਿੱਚ ਕਲਾਮ ਵੀ ਪੜ੍ਹੀ ਆ, ਮਰੀਮ ਬੇਟੀ ਨੂੰ ਅੱਜ ਦਿਲ ਸੀ, ਉਹਨੂੰ ਸ਼ੌਕ ਸੀ ਅੱਜ ਪੜ੍ਹਨ ਦਾ, ਪਹਿਲੇ ਉਹਨੂੰ ਕਲਾਮ ਵੀ ਪੜ੍ਹੀ ਆ, ਅਤੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਅਤੇ ਕਮੈਂਟ ਬੋਕਸ ਵਿੱਚ ਮੈਨੂੰ ਜ਼ਰੂਰ ਦੱਸਣ, ਅਤੇ ਹੁਣ ਐਸਾ ਦੇ ਬੋਲਦੇ ਆ।
ਅਰਸਲਾਨ ਬੇਟੇ ਦੀ ਮੋਟਰਸਾਈਕਲ ਵੀ ਉਹਨਾਂ ਕੱਢ ਕੇ ਬਾਹਰ ਖੜੀ ਕੀਤੀ ਆ ਤੇ ਹੁਣ ਜਾ ਕੇ ਤੇ ਇਹਨਾਂ ਨੂੰ ਦਾਣੇ ਪਿਛਵਾ ਕੇ ਲਿਆਉਂਦੇ ਆ ਤੇ ਮੈਂ ਕਿਹਾ ਹੁਣ ਸੇਨ ਦੇ ਵਿੱਚ ਕਿਉਂਕਿ ਪਹਿਲੇ ਨਹੀਂ ਸੀ ਝਾੜੂ ਦਿੱਤਾ ਹੈਗਾ ਤੇ ਮੈਂ ਪਹਿਲੇ ਦਾਣਿਆਂ ਦਾ ਕਿਉਂਕਿ ਵਿੱਚੋਂ ਕਚਰਾ ਵਗੈਰਾ ਨਿਕਲਣਾ ਸੀਗਾ ਅਸੀਂ ਖਲਾਰਾ ਪੈਣਾ ਸੀ ਮੈਂ ਕਿਹਾ ਚਲੋ ਹੁਣ ਮੰਨਾ ਦਾਣੇ ਇੱਥੇ ਕਰਦੇ ਆ ਦਾਣੇ ਇੱਥੇ ਕਰਕੇ ਤੇ ਹੁਣ ਇਨ ਛੱਲਾ ਨਾਲ ਸੇਨ ਨੂੰ ਸਾਫ਼ ਕਰ ਲੈਂਦੀ ਹਾਂ ਤੇ ਜੇ ਜੇ ਕੰਮ ਅਸੀਂ ਹੁਣ ਨਾਲ ਕਰਦੇ ਹਾਂ ਤੇ ਫਿਰ ਅਸੀਂ ਆਪਣੇ ਦਾ ਕੰਮ ਸੇਵ ਕਰਦੇ ਹਾਂ ਅੱਲਾ ਪਾਕ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਦੁਆਰਾ ਵਿੱਚ ਪਾ ਦੇਵੇ ਫਿਰ ਬੇਰੋਜ਼ਗਾਰ ਆ ਅੱਲਾ ਤਾਲਾ ਰੋਜ਼ਗਾਰ ਸੀਲਾ ਦੇਵੇ ਫਿਰ ਔਲਾਦ ਦਾ ਅੱਲਾ ਤਾਲਾ ਲਈ ਕੁਰਸਾਨੀ ਔਲਾਦ ਦੇਵੇ ਤੇ ਇਨਸ਼ਾਅੱਲਾ ਮੇਰੇ ਭੈਣ ਭਾਈ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਦੇ ਮੈਂ ਆਪਣੇ ਭੈਣ ਭਰਾਵਾਂ ਨੂੰ ਦੁਆਵਾਂ 'ਚ ਯਾਦ ਰੱਖਦੀ ਹਾਂ ਕਿ ਇਹਨਾਂ ਦੀ ਜਿੱਥੇ ਸਫਾਈ ਆ ਉੱਥੇ ਖਦਾਈ ਆ ਅੱਲਾ ਤਾਲਾ ਉੱਥੇ ਰਿਜ਼ਕ ਵੀ ਦਿੰਦਾ ਵਾ ਤੇ ਸ਼ੁਕਰ ਅਲਹਮ ਮੇਰੇ ਭੈਣ ਭਾਈਆਂ ਦੀ ਦੁਆ ਦੇ ਨਾਲ ਜੋ ਰਸ ਹੱਸ ਠੀਕ ਹੁੰਦੀ ਆ ਸੀ ਉਹ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਦੀ ਹਾਂ ਤੇ ਮੇਰੇ ਭੈਣ ਭਾਈਆਂ ਦਾ ਸ਼ੁਕਰੀਆ ਤੇ ਹੁਣ ਸਾਰਾ ਸੇਨ ਅਸੀਂ ਸਾਫ਼ ਕਰ ਲੈਂਦੇ ਤੇ ਅੱਛਾ ਜੀ ਮੇਰੇ ਭੈਣ ਭਾਈਓ ਇਹ ਸੀ ਸਾਡੀ ਅੱਜ ਦੀ ਵੀਡੀਓ ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਸਾਨੂੰ ਜ਼ਰੂਰ ਦੱਸੀ ਆਪਣੀਆਂ ਦੁਆਵਾਂ ਸਾਨੂੰ ਬਹੁਤ ਜ਼ਿਆਦਾ ਯਾਦ ਰੱਖੀਓ ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਹਰ ਟਾਈਮ ਯਾਦ ਰੱਖਦੇ ਅੱਲਾ ਪਾਕ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਬਿਮਾਰਾਂ ਨੂੰ ਸ਼ਿਫਾ ਦੇਵੇ ਜੇ ਬੇਰੋਜ਼ਗਾਰਾ ਅੱਲਾ ਤਾਲਾ ਨੂੰ ਜਬਸੀਲਾ ਦੇਵੇ ਆਪਣੇ ਬੈਠਣ ਦੀ ਛੱਤ ਵੀ ਦੇਵੇ ਤੇ ਅੱਲਾ ਪਾਕ ਮੇਰੇ ਮੰਮਾ ਦਾਨਿਸ਼ ਨੂੰ ਤੰਦਰੁਸਤੀ ਔਰ ਸਿਹਤ ਦੇਵੇ ਮੇਰੇ ਭੈਣ ਬਾਈ ਇਹਦੇ ਵਾਸਤੇ ਵੀ ਜ਼ਿਆਦਾ ਤੋਂ ਜ਼ਿਆਦਾ ਦੁਆ ਕਰੀਓ ਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਸਾਨੂੰ ਇਜਾਜ਼ਤ ਅੱਲਾ ਹਾਫਿਜ਼।